ਤਾਂ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਤੇ ਅੱਜ ਆਪਾਂ ਆ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ ਜੋ ਕਿ ਬ੍ਰਾਂਪਟਨ ਦੇ ਵਿੱਚ ਹੈ ਅਤੇ ਇਹ ਡਿਕਸੀ ਗੁਰਦੁਆਰਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੱਜ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਅੰਦਰ ਦੇ। ਤੇ ਹੁਣ ਤੁਸੀਂ ਬਾਹਰ ਦਾ ਵਿਊ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ, ਇਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਗੁਰਦੁਆਰਾ ਸਾਹਿਬ ਬਾਹਰੋਂ। ਆ ਦੇਖੋ ਜੀ ਆ ਉਰੇ ਪਾਰਕਿੰਗ ਹੈ ਜੀ ਗੁਰਦੁਆਰਾ ਸਾਹਿਬ ਦੀ, ਨਿਸ਼ਾਨ ਸਾਹਿਬ। ਤੇ ਹੁਣ ਚੱਲੇ ਜੀ ਅਸੀਂ ਗੁਰਦੁਆਰਾ ਸਾਹਿਬ। ਆਹ ਇੱਥੇ ਦਾ ਜੀ ਲੰਗਰ ਹਾਲ ਹੈ ਅਤੇ ਆਹ ਇੱਥੇ ਦੀ ਲਾਇਬ੍ਰੇਰੀ ਹੈ ਜੋ ਕਿ ਗੁਰਦੁਆਰਾ ਸਾਹਿਬ ਦੇ ਨੀਚੇ ਬਣੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨੀਆਂ ਟਾਈਪ ਦੀਆਂ ਸੀੜੀਆਂ ਪਈਆਂ ਹਨ, ਕਿੰਨੇ ਟਾਈਪਸ ਦੀਆਂ ਬੁੱਕਾਂ ਵੀ ਪਈਆਂ ਹਨ। ਜੇਕਰ ਤੁਸੀਂ ਪੜ੍ਹਨ ਲਈ ਲੈ ਕੇ ਜਾਣੀਆਂ ਹੋਣ ਤਾਂ ਤੁਸੀਂ ਲੈ ਕੇ ਜਾ ਸਕਦੇ ਹੋ ਇੱਥੋਂ। ਅਤੇ ਦੋਸਤੋ ਜਿਹੜਾ ਤੁਸੀਂ ਹੁਣ ਉੱਪਰ ਦੇਖ ਰਹੇ ਹੋ ਕਿ ਪੋਸਟਰਸ ਵਗੈਰਾ ਲੱਗੇ ਹੋਏ ਨੇ, ਇਹਨਾਂ ਦੇ ਉੱਪਰ ਜਿਹੜੇ ਲੋਕ ਸ਼ਹੀਦ ਹੋਏ ਨੇ ਉਹਨਾਂ ਸਾਰਿਆਂ ਦੀ ਲਿਸਟ ਹੈ ਅਤੇ ਡੇਟਾਂ ਵੀ ਲਿਖੀਆਂ ਹੋਈਆਂ ਹਨ। ਅਤੇ ਹੁਣ ਦੋਸਤੋ ਅਸੀਂ ਲੰਗਰ ਛਕਣ ਦੇ ਲਈ ਆ ਗਏ ਹਾਂ। ਅਤੇ ਹੁਣ ਦੋਸਤੋ ਅਸੀਂ ਮੱਥਾ ਟੇਕਣ ਤੋਂ ਬਾਅਦ ਹੁਣ ਘਰ ਨੂੰ ਦੁਬਾਰਾ ਚੱਲ ਪਏ ਹਾਂ। ਅਤੇ ਆਹ ਦੇਖੋ ਜੀ ਇੱਥੋਂ ਦੀਆਂ ਬਿਲਡਿੰਗਸ, ਬ੍ਰਾਂਪਟਨ ਦੇ ਵਿੱਚ ਨੇ ਇਹ ਸਾਰੀਆਂ ਬਿਲਡਿੰਗਸ। ਅਤੇ ਦੋਸਤੋ ਇੱਥੇ ਲੋਕ ਕਈ ਘਰ ਕਿਰਾਏ ਦੇ ਉੱਪਰ ਲੈ ਕੇ ਵੀ ਰਹਿੰਦੇ ਹਨ, ਜਿਨ੍ਹਾਂ ਨੂੰ ਕੌਂਡੋ ਕਿਹਾ ਜਾਂਦਾ ਹੈ। ਅਤੇ ਬਾਕੀ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਵੀ ਜ਼ਰੂਰ ਕਰ ਦਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਬੈਲ ਆਈਕਨ ਜ਼ਰੂਰ ਦੱਬ ਲਿਓ। ਤਾਂ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।